ਚੜਨਾ ਪਾ ਸੋ ਤੁਸੀਂ ਦੇਖ ਰਹੇ ਹੋ ਕਿ ਆਪਾਂ ਟ੍ਰੇਨ ਦੇ ਵਿੱਚ ਚੜ ਚੁੱਕੇ ਹਾਂ ਤੋਂ ਮੁਸਾਫਰ ਨੇ ਜਿਹੜੇ ਉੱਤਰ ਰਹੇ ਨੇ ਸੋ ਇਸ ਟ੍ਰੇਨ ਦੇ ਵਿੱਚ ਜਿਹੜੇ ਦਰਵਾਜ਼ੇ ਨੇ ਉਹ ਆਟੋਮੈਟਿਕਲੀ ਖੁੱਲ੍ਹਦੇ ਨੇ ਅਤੇ ਬੰਦ ਹੁੰਦੇ ਨੇ ਅਤੇ ਲੋਕਾਂ ਵਿੱਚ ਬੜਾ ਹੀ ਸਲੀਕਾ ਹੈ ਬੜਾ ਹੀ ਡਿਸਿਪਲਿਨ ਹੈ ਸੋ ਆਪਾਂ ਹੁਣ ਟ੍ਰੇਨ ਦੇ ਵਿੱਚ ਬੈਠ ਗਏ ਹਾਂ ਅਤੇ ਆਪਾਂ ਜਾ ਰਹੇ ਹਾਂ ਅਤੇ ਜਿਹੜੀਆਂ ਖਿੜਕੀਆਂ ਨੇ ਉਹਨਾਂ ਦੇ ਵਿੱਚੋਂ ਬਾਹਰਲੇ ਦ੍ਰਿਸ਼ ਸ਼ਹਿਰ ਦੇ ਦ੍ਰਿਸ਼ ਦਿਖ ਰਹੇ ਨੇ ਅਤੇ ਨਾਲ ਲੰਘਦੀਆਂ ਟ੍ਰੇਨਾਂ ਵੀ ਦਿਖ ਰਹੀਆਂ ਨੇ ਸੋ ਟ੍ਰੇਨਾਂ ਦੇ ਵਿੱਚ ਜਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਕੋਈ ਕਮਿਊਨਿਟੀ ਕੋਈ ਕੌਮ ਕਿਸ ਤਰ੍ਹਾਂ ਦੀ ਹੈ ਅਤੇ ਤੁਸੀਂ ਪਛਾਣ ਸਕਦੇ ਹੋ ਸੋ ਗ੍ਰੀਸ ਦੇ ਵਿੱਚ ਥਾਂ ਥਾਂ ਜਿਹੜੀਆਂ ਇਹ ਕਲਾਕ੍ਰਿਤੀਆਂ ਪਈਆਂ ਨੇ ਸੋ ਇਹ ਧਰਤੀ ਹੇਠੋਂ ਨਿਕਲੇ ਹੋਏ ਕੁਛ ਇਸ ਤਰ੍ਹਾਂ ਦੇ ਬਰਤਨ ਹਨ ਜੋ ਤਕਰੀਬਨ 500-600 BC ਪਹਿਲਾਂ ਦੇ ਹੋਣਗੇ ਜਾਂ ਹੋ ਸਕਦਾ ਉਸ ਤੋਂ ਵੀ ਪਹਿਲਾਂ ਹੋਣ ਸੋ ਖੁਦਾਈ ਦੌਰਾਨ ਜਿਹੜੀਆਂ ਇਹ ਕਲਾਕ੍ਰਿਤੀਆਂ ਨੇ ਉਹ ਨਿਕਲੀਆਂ ਨੇ ਸੋ ਦੋਸਤੋ ਆਪਾਂ ਹੁਣ ਇੱਕ ਸ਼ਹਿਰ ਦੇ ਵਿੱਚ ਆ ਗਏ ਹਾਂ ਇਹ ਸ਼ਹਿਰ ਦੇ ਨਜ਼ਾਰੇ ਨੇ ਅਤੇ ਗਰਮੀ ਅੱਜ ਕਾਫੀ ਜ਼ਿਆਦਾ ਪੈ ਰਹੀ ਹੈ ਅਤੇ ਆਲੇ ਦੁਆਲੇ ਤੁਸੀਂ ਇਮਾਰਤਾਂ ਗ੍ਰੀਨਰੀ ਦਰੱਖਤ ਵੇਖ ਰਹੇ ਹੋ ਸੋ ਇੱਥੋਂ ਮੈਨੂੰ ਮਹਿਸੂਸ ਹੋਇਆ ਜਿਵੇਂ ਅਸੀਂ ਕਿਸੇ ਭਾਰਤ ਦੇ ਸ਼ਹਿਰ 'ਚ ਹੋਈਏ ਸੋ ਉਹ ਉੱਪਰ ਦੂਰੋਂ ਐਕਰੋਪੋਲਿਸ ਦਿਖ ਰਿਹਾ ਹੈ ਸੇ ਆਹ ਜਿਹੜਾ ਤੁਸੀਂ ਬੁੱਤ ਦੇਖ ਰਹੇ ਹੋ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬੀ ਕਿਸੇ ਬੰਦੇ ਦਾ ਬੁੱਤ ਹੋਵੇ ਲੇਕਿਨ ਇਹ ਬੰਦਾ ਪੰਜਾਬੀ ਨਹੀਂ ਬਲਕਿ ਅੰਗਰੇਜ਼ ਹੈ ਕੋਈ ਫੌਜਾਂ ਦਾ ਜਨਰਲ ਹੈ ਸੋ ਆਹ ਹੁਣ ਟਿਕਟਾਂ ਲਈਆਂ ਜਾ ਰਹੀਆਂ ਨੇ ਸੋ ਆਪਾਂ ਇਸ ਲਾਈਨ ਦੇ ਵਿੱਚ ਲੱਗਾਂਗੇ ਅਤੇ ਆਲੇ ਦੁਆਲੇ ਦੇਖੋ ਤੋ ਕਿੰਨਾ ਖੂਬਸੂਰਤ ਦ੍ਰਿਸ਼ ਨੇ ਤੋ ਮੈਂ ਇੱਕ ਦਰੱਖਤ ਥੱਲੇ ਬੈਠ ਗਿਆ ਹਾਂ ਇਸ ਤਰ੍ਹਾਂ ਲੱਗਦਾ ਜਿਵੇਂ ਤੂਤ ਦਾ ਦਰੱਖਤ ਹੋਵੇ ਤੋ ਗਰਮੀਆਂ ਦੇ ਵਿੱਚ ਬੜੀ ਹੀ ਸੰਘਣੀ ਛਾਂ ਹੈ ਇਸ ਦੀ ਇਹ ਕਿੱਡੀ ਲੰਬੀ ਲਾਈਨ ਲੱਗ ਚੁੱਕੀ ਹੈ ਸੋ ਆਹ ਨਕਸ਼ਾ ਹੈ ਇੱਥੇ ਦਾ ਜਿਸ ਨੂੰ ਅਸੀਂ ਫੋਲੋ ਕਰਨਾ ਹੈ ਅੱਜ ਇੱਥੇ ਦੇ ਵਿੱਚ ਬਹੁਤ ਗਰਮੀ ਹੈ ਤਾਪਮਾਨ ਤਕਰੀਬਨ 40 ਡਿਗਰੀ ਦੇ ਪਾਸ ਹੈ ਤੋ ਮੈਂ ਇੱਥੇ ਦਰੱਖਤਾਂ ਦੇ ਥੱਲੇ ਇੱਕ ਛਾਂ ਵਿੱਚ ਬੈਠਾ ਹਾਂ ਅਤੇ ਮੇਰੇ ਆਲੇ ਦੁਆਲੇ ਬਹੁਤ ਸਾਰੇ ਟੂਰਿਸਟ ਨੇ ਮੈਂ ਤੁਹਾਨੂੰ ਦਿਖਾਉਣਾ ਹਾਂ ਅਤੇ ਟਿਕਟਾਂ ਲਈ ਸਾਹਮਣੇ ਆਹ ਦੇਖੋ ਕਿੱਡੀ ਲੰਬੀ ਲਾਈਨ ਹੈ ਅਤੇ ਮੇਰੇ ਪਿਛਲੇ ਪਾਸੇ ਟੂਰਿਜ਼ਮ ਵਾਲਿਆਂ ਦਾ ਆਫਿਸ ਹੈ ਅਤੇ ਜੇ ਤੁਹਾਨੂੰ ਜਾਣਕਾਰੀ ਦਿੰਦੀ ਹੈ ਦਿੰਦਾ ਹੈ ਸਾਰੇ ਪੈਂਪਲੇਟ ਦਿੰਦਾ ਹੈ ਤੋ ਆਪਾਂ ਜਾਣਾ ਹੈ ਐਕਰੋ ਪੈਲਸ ਜਗ੍ਹਾ ਹੈ ਜਿਹੜੀ ਜਿੱਥੇ ਇਹ 500 BC ਦੇ ਵਿੱਚ ਬਣਾਈ ਗਈ ਜਗ੍ਹਾ ਹੈ ਸ਼ਹਿਰ ਦੀ ਸਭ ਤੋਂ ਉੱਚੀ ਥਾਂ ਜਿੱਥੇ ਸਤੰਭ ਲੱਗੇ ਹੋਏ ਨੇ ਅਤੇ ਇਹ ਜਗ੍ਹਾ ਕਿਵੇਂ ਬਣਾਈ ਹੋਊਗੀ ਅਤੇ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਹੋਊਗੀ ਅਤੇ ਹੈਰਾਨ ਕਰਨ ਦੇ ਵਾਲੀ ਗੱਲ ਹੈ ਸੋ ਉਦੋਂ ਅਜੇ ਦੁਨੀਆ ਨੇ ਤਰੱਕੀ ਨਹੀਂ ਸੀ ਕੀਤੀ ਲੇਕਿਨ ਗ੍ਰੀਸ ਦੇ ਵਿੱਚ ਇਸ ਤਰ੍ਹਾਂ ਦੀਆਂ ਇਮਾਰਤਾਂ ਹਨ ਇੱਥੇ ਅੱਜ ਗਰਮੀ ਕਾਫੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟੈਂਪਰੇਚਰ ਮਾਈਨਸ ਕਿੱਥੇ ਅਸੀਂ ਉੱਥੇ ਹੰਡਾਉਂਦੇ ਆਏ ਹਾਂ ਅਤੇ ਇੱਥੇ +40 ਹੈ ਅਸੀਂ ਟੋਰਾਂਟੋ ਦੇ ਵਿੱਚ ਕਾਫੀ ਠੰਡ ਦੇਖੀ ਹੈ ਪਿਛਲੇ ਦਿਨਾਂ ਦੇ ਵਿੱਚ ਸਰਦੀਆਂ ਦੇ ਵਿੱਚ ਲੇਕਿਨ ਇੱਥੇ ਜਿਹੜਾ ਤਾਪਮਾਨ ਹੈ ਉਹ ਹੁਣ +40 ਹੈ ਅਤੇ ਕਾਫੀ ਗਰਮੀ ਹੈ ਅਤੇ ਇੱਥੋਂ ਦੀ ਜਿਹੜੀ ਸਮੈਲ ਹੈ ਜਾਂ ਕਹਿ ਲਓ ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਤੁਹਾਨੂੰ ਭਾਰਤ ਦੀ ਯਾਦ ਦਵਾਉਂਦਾ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੰਡੀਆ ਦੇ ਵਿੱਚ ਆ ਗਏ ਹੋਈਏ ਸੋ ਜਿਹੜੀਆਂ ਇਮਾਰਤਾਂ ਹਨ ਉਹ ਸਾਰੀਆਂ ਭਾਰਤ ਵਰਗੀਆਂ ਹਨ ਅਤੇ ਮੈਂ ਇੱਥੇ ਇੱਕ ਜਗ੍ਹਾ ਸਫੈਦੇ ਦਰੱਖਤ ਵੀ ਦੇਖੇ ਨੇ ਸੋ ਜ਼ਿਆਦਾਤਰ ਜਿਹੜੇ ਹੈਗੇ ਨੇ ਜੈਤੂਨ ਦੇ ਓਲਿਵ ਦੇ ਦਰੱਖਤ ਹਨ ਲੇਕਿਨ ਕੁਛ ਦਰੱਖਤ ਇਹੋ ਜਿਹੇ ਹਨ ਜਿਹੜੇ ਭਾਰਤ ਨਾਲ ਮਿਲਦੇ ਜੁਲਦੇ ਹਨ ਇੱਕ ਦਰੱਖਤ ਹੈ ਮੇਰੇ ਸਾਹਮਣੇ ਬਿਲਕੁਲ ਤੂਤ ਵਰਗਾ ਹੈ ਅਤੇ ਕੋਈ ਸਮਾਂ ਸੀ ਭਾਰਤ ਦੇ ਬੜੇ ਗੂੜੇ ਰਿਸ਼ਤੇ ਰਹੇ ਨੇ ਵਣਜ ਵਪਾਰ ਰਿਹਾ ਹੈ ਅਸ਼ੋਕ ਦਾ ਜੋ ਟਾਈਮ ਸੀ ਜਾਂ ਚੰਦਰਗੁਪਤ ਮੌਰੀਆ ਦਾ ਸਮਾਂ ਸੀ ਉਸ ਵਕਤ ਬਹੁਤ ਸਾਰੇ ਜਿਹੜੇ ਗ੍ਰੀਕੀ ਲੋਕ ਸਨ ਉਹ ਭਾਰਤ ਦੇ ਵਿੱਚ ਜਾਂਦੇ ਸਨ ਜੇ ਅਸੀਂ ਉਹ ਸਮਾਂ ਦੇਖਦੇ ਹਾਂ ਤਾਂ ਦੇਖਦੇ ਹਾਂ ਕਿ ਜਿਹੜਾ ਰਾਜ ਦਰਬਾਰ ਸੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਗ੍ਰੀਕੀ ਲੋਕ ਹੁੰਦੇ ਸਨ ਅਤੇ ਕਿਹਾ ਜਾਂਦਾ ਹੈ ਕਿ ਜਿਹੜਾ ਅਸ਼ੋਕ ਸੀ ਸੋ ਇਸਦਾ ਜਨਮ ਵੀ ਇੱਕ ਗ੍ਰੀਕ ਔਰਤ ਦੀ ਕੁੱਖੋਂ ਹੋਇਆ ਸੋ ਇਸ ਪ੍ਰਕਾਰ ਜਿਹੜਾ ਗ੍ਰੀਸ ਦਾ ਭਾਰਤ ਨਾਲ ਰਿਸ਼ਤਾ ਉਹ ਬਹੁਤ ਗੂੜਾ ਹੈ ਕੋਈ ਸਮਾਂ ਸੀ ਜਦੋਂ ਸਾਡੇ ਪੰਜਾਬ ਦੇ ਲੋਕ ਇੱਥੇ ਗ੍ਰੀਸ ਦੇ ਸ਼ਿਪਾਂ 'ਤੇ ਕੰਮ ਕਰਨ ਆਇਆ ਕਰਦੇ ਟਾਨਾ ਹਨ ਤੋ ਲੱਗਦਾ ਹੈ ਦੇਖਣ ਨੂੰ ਕਾਫੀ ਪੁਰਾਣੀਆਂ ਹਨ ਇੱਥੇ ਹੀ ਜਿਹੜਾ ਇਹ ਐਕਰੋਪੋਲਿਸ ਉਹ ਬਣਾਇਆ ਗਿਆ ਹੈ ਸੋ ਇਹ ਵੱਡੇ ਵੱਡੇ ਪੱਥਰ ਪਤਾ ਨਹੀਂ ਕਿਵੇਂ ਉੱਪਰ ਲੈ ਕੇ ਗਏ ਹੋਣਗੇ ਸੋ ਉੱਪਰ ਜਾਈਏ ਤਾਂ ਥੋੜ੍ਹਾ ਜਿਹਾ ਜਿਹੜਾ ਸ਼ਹਿਰ ਦੇ ਦ੍ਰਿਸ਼ ਨੇ ਉਹ ਦੀਂਦੇ ਨੇ ਸੋ ਪਿੱਛੇ ਪਹਾੜ ਨੇ ਆਲੇ ਦੁਆਲੇ ਜਿਹੜਾ ਹੈ ਉਹ ਕਾਫੀ ਗ੍ਰੀਨਰੀ ਹੈ ਟ੍ਰੀਜ਼ ਹਨ ਤੋ ਖਾਸ ਤੌਰ 'ਤੇ ਜੈਤੂਨ ਦੇ ਟ੍ਰੀ ਨੇ ਜਿਹੜੇ ਆਹ ਦੇਖੋ ਸ਼ਹਿਰ ਕਿੰਨਾ ਸੋਹਣਾ ਲੱਗਦਾ ਅਤੇ ਹੁਣ ਆਪਾਂ ਉੱਪਰੋਂ ਤੁਹਾਨੂੰ ਦਿਖਾ ਰਹੇ ਹਾਂ
ਅਤੇ ਉੱਪਰ ਜਿਹੜਾ ਹੈ ਉਹ ਕਾਫੀ ਕੁਛ ਬਣਿਆ ਹੋਇਆ ਹੈ। ਇੱਕ ਕਦੀ ਇਹ ਮਹਿਲ ਹੁੰਦਾ ਸੀ ਜਾਂ ਕਦੀ ਇੱਥੇ ਜਿਹੜਾ ਹਨ ਫਿਲੋਸਫੀ ਦਾ ਸਕੂਲ ਚੱਲਦਾ ਸੀ ਜਾਂ ਇੱਥੇ ਹੀ ਜਿਹੜੀ ਐਥਨੀਆ ਹੈ ਉਸ ਦਾ ਵੀ ਜਿਹੜਾ ਇੱਕ ਮੰਦਰ ਬਣਿਆ ਹੋਇਆ ਹੈ, ਸੋ ਜਿਸ ਦੇ ਨਾਂ 'ਤੇ ਇਸ ਸ਼ਹਿਰ ਦਾ ਨਾਂ ਹੈ। ਸੋ ਆਪਾਂ ਉੱਪਰ ਆ ਕੇ ਸਾਰਾ ਆਲਾ ਦੁਆਲਾ ਦੇਖ ਰਹੇ ਹਾਂ, ਤੋ ਦੇਖਣ ਨੂੰ ਜੋ ਕਾਫੀ ਚੰਗਾ ਲੱਗ ਰਿਹਾ ਹੈ। ਤੋ ਮੈਂ ਤੁਹਾਨੂੰ ਹੋਰ ਵੀ ਚੀਜ਼ਾਂ ਆਲੇ ਦੁਆਲੇ ਤੋਂ ਵਿਖਾਵਾਂਗਾ। ਤੁਸੀਂ ਵੇਖ ਰਹੇ ਹੋ ਕਿ ਜੋ ਮੇਰੇ ਪਿੱਛੇ ਹਨ ਅਤੇ ਉਹ ਕਿਸ ਤਰ੍ਹਾਂ ਦੇ ਜਿਹੜੇ ਉੱਪਰੋਂ ਦ੍ਰਿਸ਼ ਨੇ ਉਹ ਤੁਸੀਂ ਦੇਖ ਸਕਦੇ ਹੋ। ਬਹੁਤ ਪੁਰਾਣੀਆਂ ਇਮਾਰਤਾਂ ਹਨ, ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ 500 BC ਦੀਆਂ। ਅਸੀਂ ਇੱਥੇ ਹੁਣ ਪਰਿਵਾਰ ਸਮੇਤ ਆਏ ਹਾਂ, ਤੋ ਕਾਫੀ ਸੈਲਾਨੀ ਨੇ ਜਿਹੜੇ ਉਹ ਉੱਪਰ ਆਏ ਹੋਏ ਨੇ। ਸੋ ਸਾਹਮਣੇ ਗ੍ਰੀਸ ਦਾ ਜਿਹੜਾ ਝੰਡਾ ਉਹ ਝੁਲ ਰਿਹਾ। ਤੋ ਇਹ ਜਗ੍ਹਾ ਇੱਥੇ ਸ਼ਹਿਰ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਹੈ। ਸੋ ਇੱਥੇ ਉਹਨਾਂ ਨੇ ਇਹ ਜਿਹੜਾ ਐਕਰੋਪੋਲਿਸ ਹੈ ਉਹ ਬਣਾਇਆ ਹੋਵੇਗਾ। ਸੋ ਇੱਥੇ ਜਿਹੜਾ ਅਸਮਾਨ ਹੈ ਕਾਫੀ ਸਾਫ਼ ਹੈ ਅਤੇ ਸ਼ਹਿਰ ਹੈ ਜਿਹੜਾ ਉਹ ਬਹੁਤ ਖੂਬਸੂਰਤ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ। ਅਤੇ ਅਸੀਂ ਇੱਥੇ ਤਕਰੀਬਨ 1.5-2 ਘੰਟੇ ਦੇ ਕਰੀਬ ਜਿਹੜਾ ਉੱਪਰ ਰੁਕੇ। ਅਸੀਂ ਸਾਰਾ ਕੁਛ ਉਹ ਸਟਰਕਚਰ ਉਹ ਆਲਾ ਦੁਆਲਾ ਵੇਖਿਆ ਅਤੇ ਮਾਣਿਆ। ਤੋ ਜਦੋਂ ਵੀ ਤੁਸੀਂ ਗ੍ਰੀਸ ਦੀ ਗੱਲ ਕਰਦੇ ਹੋ ਇਹ ਪੁਰਾਤਨਤਾ, ਤੋ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ, ਤੋ ਇਹ ਜਿਹੜਾ ਉਹ ਵਿਰਾਸਤ ਉਹਨਾਂ ਨੇ ਸਾਂਭੀ ਹੋਈ ਹੈ ਜੋ ਉਸ ਵਕਤ ਵਿਸ਼ਵ ਵਿਰਾਸਤ ਬਣ ਚੁੱਕੀ ਹੈ। ਤੋ ਉਸ ਨੂੰ ਉਹ ਸੈਲਾਨੀਆਂ ਲਈ ਖੁੱਲ੍ਹਾ ਰੱਖਦੇ ਨੇ। ਤੋ ਗ੍ਰੀਸ ਦੇ ਵਿੱਚ ਜਿਹੜਾ ਟੂਰਿਜ਼ਮ ਹੈ ਤੋ ਉਸ ਤੋਂ ਜਿਹੜੀ ਇੱਥੋਂ ਦੀ ਸਰਕਾਰ ਹੈ ਉਸ ਨੂੰ ਕਾਫੀ ਪੈਸਾ ਬਣਦਾ ਹੈ। ਤਾਂ ਸੈਲਾਨੀ ਦੂਰੋਂ ਦੂਰੋਂ ਆ ਜਿਹੜੀਆਂ ਇਮਾਰਤਾਂ ਨੇ ਇਹ ਵੇਖਣ ਆਉਂਦੇ ਨੇ ਅਤੇ ਥਾਂ ਥਾਂ ਇਹਨਾਂ ਦੀ ਜਾਣਕਾਰੀ ਵੀ ਲਿਖੀ ਹੋਈ ਹੈ। ਅਤੇ ਆਹ ਦੇਖੋ ਇਹ ਜੋ ਉਸੇ ਤਰ੍ਹਾਂ ਖੜੀਆਂ ਨੇ। ਬਹੁਤ ਸਾਰੇ ਹਮਲੇ ਹੋਏ, ਬਹੁਤ ਸਾਰੇ ਲੋਕਾਂ ਨੇ ਇੱਥੋਂ ਸਮਾਨ ਵੀ ਚੁਰਾਇਆ, ਕਦੇ ਬ੍ਰਿਟਿਸ਼ ਹਕੂਮਤ ਕਦੇ ਰੋਮਨ ਅੰਪਾਇਰ ਉਹ ਇਸ ਨੂੰ ਤੋੜਦੇ ਭੰਨਦੇ ਰਹੇ ਨੇ ਅਤੇ ਹੋਰ ਵੀ ਰੂਸ ਜਿਹੜੇ ਵੱਖੋ ਵੱਖਰੇ ਹਮਲੇ ਨੇ ਉਹ ਇੱਥੇ ਹੁੰਦੇ ਰਹੇ ਨੇ। ਇਸ ਦੇ ਨਾਲ ਹੀ ਅੱਜ ਦਾ ਬਲੌਗ ਸਮਾਪਤ ਕਰਦੇ ਹਾਂ। ਤੁਹਾਨੂੰ ਸਾਨੂੰ ਸਤਿ ਸ਼੍ਰੀ ਅਕਾਲ।